ਪਿਛਲੇ ਦਿਨੀ ਜਦੋਂ ਅਸੀਂ ਡਿਪਾਰਟਮੈਂਟ ਦੇ ਵਿੱਚ ਗਏ ਆ ਉੱਥੇ ਅਸੀਂ ਕੂੜੇ ਕੱਢੇ ਸਾਰੀਆਂ ਯੂਨੀਅਨ ਨਾਲ ਲਗਭਗ ਪੰਜ ਪੰਜ ਚਾਰ ਚਾਰ ਵਾਰੀ ਗੱਲ ਹੋ, ਮੈਂ ਕਿਹਾ ਜੋ ਡਿਪਾਰਟਮੈਂਟ ਲੈਵਲ 'ਤੇ ਮੈਂ ਕਰ ਸਕਦਾ ਮੈਂ ਡੈਫੀਨੇਟਲੀ ਇਨ ਪ੍ਰੋਸੈਸ ਹੈਗਾ। ਕੁਛ ਕੋਰਟਸ ਦੇ ਵਿੱਚ ਕੇਸ ਹੈ, ਕੁਛ ਕੁ ਜਿਹੜੇ ਆ ਡਿਪਾਰਟਮੈਂਟ ਨੂੰ ਕਿਹਾ ਗਿਆ ਵੀ ਤੁਸੀਂ ਇਹਦੇ 'ਤੇ ਵਰਕਆਊਟ ਕਰੋ ਵੀ ਆਪਾਂ ਬੈਸਟ ਪੋਸੀਬਲ ਕੀ ਕਰ ਸਕਦੇ ਹਾਂ, ਔਰ ਇਸ ਤੋਂ ਵੱਧ ਤਾਂ ਮੈਨੂੰ ਲੱਗਦਾ ਨਹੀਂ ਕੁਛ ਕੀਤਾ ਜਾ ਸਕਦਾ। ਇਹਨੇ ਦੇਖਣਾ ਹੈ ਬੇਸਿਕਲੀ ਅਗਰ ਮਿਨਿਸਟਰ ਕੇ ਘਰ ਕੇ ਅੰਦਰ ਹੀ ਕੋਈ ਚਲੇ ਜਾਏਗਾ ਐਸਾ ਐਸੇ ਜੋ ਲੋਕ ਹੈ ਤੋ ਅਲਟੀਮੇਟਲੀ ਇਹ ਪੁਲਿਸ ਦਾ ਫੇਲੀਅਰ ਤਾਂ ਹੈ ਹੀ। ਮੈਨੂੰ ਤਾਂ ਲੱਗਦਾ ਇਹ ਔਰਗਨਾਈਜ਼ਡ ਸਿਸਟਮ ਆ, ਇਹ ਕੋਈ ਸਾਜਿਸ਼ ਹੋਣੀ ਆ ਜਾਂ ਤਾਂ, ਕਿਉਂਕਿ ਹੋ ਸਕਦਾ ਪੁਲਿਸ ਦਾ ਫੇਲੀਅਰ ਵੀ ਹੋਵੇ ਇਹਦੇ ਵਿੱਚ। ਲੇਕਿਨ ਅਨਫੋਰਚੁਨੇਟਲੀ ਆ ਜੇ ਤੁਸੀਂ, ਮੈਂ ਕਹਿੰਦਾ ਔਫੀਸ਼ੀਅਲ ਉਹਦੇ 'ਤੇ ਆ ਜਾਓ ਤੁਸੀਂ। ਅੱਛਾ ਜੇ ਕਿਸੇ ਨੇ ਡਿਸਕਸ ਕਰਨਾ ਡਿਸਕਸ ਕਰਨ ਲੱਗੀ, ਮੈਂ ਤਾਂ ਇਹਨਾਂ ਨੂੰ ਪੰਜ ਪੰਜ ਛੇ ਛੇ ਵਾਰੀ ਮਿਲ ਹਟਿਆ। ਪਰ ਜੇ ਮੈਂ ਵੀ ਉੱਥੇ ਨਹੀਂ ਹੈਗਾ, ਅੱਛਾ ਪ੍ਰਾਈਵੇਟ ਘਰ ਹੈ, ਬਜ਼ੁਰਗ ਹੈ, ਅੱਛਾ ਇਨਸਾਨੀਅਤ ਵੀ ਤਾਂ ਕਿਤੇ ਕਿਤੇ ਤਾਂ ਇਨਸਾਨੀਅਤ ਖੜਦੀ ਹੈ ਨਾ, ਕਿਤੇ ਤਾਂ ਇਨਸਾਨੀਅਤ ਹੋਣੀ ਚਾਹੀਦੀ। ਕਿੰਨੀ ਦੇਰ ਭਾਅ ਜੀ ਇਹ ਅੰਦਰ ਉੱਥੇ ਰਹੇ ਨੇ ਔਰ ਕੀ ਬਾਹਰ? ਹਜੇ ਵੀ ਮੈਨੂੰ ਤਾਂ ਲੱਗਦਾ, ਕਿਉਂਕਿ ਮੈਨੂੰ ਤਾਂ ਬਜ਼ੁਰਗਾਂ ਦਾ ਫੋਨ ਆਇਆ, ਅਜੇ ਵੀ ਘਰ ਅਜੇ ਵੀ ਮੇਰਾ ਖਿਆਲ ਉੱਥੇ ਹੀ ਆ, ਔਰ ਮੇਰਾ ਖਿਆਲ ਹੈ ਵੀ ਪਿਛਲੇ 2-3 ਘੰਟੇ ਦੇ ਇਹ ਘਰੇ ਬਣੇ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।